ਹਾਂਜੀ, ਕਰੇਟਾ ਦਾ ਹੈੱਡ ਅਸੀਂ ਪੜਤਾ ਅਤੇ ਜਿਹੜੇ ਪਿਸਟਨ ਆ ਉਹ ਬਾਹਰ ਕੱਢ ਲਿਆ, ਅਤੇ ਤੁਹਾਨੂੰ ਦਿਖਾਉਂਦੇ ਹਾਂ ਪਿਸਟਨਾਂ ਦੀ ਕੀ ਕੰਡੀਸ਼ਨ ਹੈ। ਆਹ ਤੁਸੀਂ ਦੇਖ ਸਕਦੇ ਹੋ, ਆਹ ਜਿਹੜੇ ਰਿੰਗ ਆ ਜੀ ਬਿਲਕੁਲ ਵੱਡੇ ਪਏ ਆ, ਆਹ ਜਿਹੜੇ 4 ਨੰਬਰ ਸਿਲੰਡਰ ਦੇ ਰਿੰਗ ਆ ਬਿਲਕੁਲ ਵੱਡੇ ਪਏ ਆ, ਅਤੇ ਆਹ ਕੰਡੀਸ਼ਨ ਆ ਜੀ ਪਿਸਟਨਾਂ ਦੀ। ਇਹ 4 ਨੰਬਰ ਸਿਲੰਡਰ 'ਤੇ ਹੀ ਜ਼ਿਆਦਾ ਪ੍ਰੈਸ਼ਰ ਪੈਂਦਾ ਜੀ, ਇਹਦਾ 4 ਨੰਬਰ ਸਿਲੰਡਰ ਦੇ ਰਿੰਗ ਆ ਜਿਹੜੇ ਬਿਲਕੁਲ ਵੱਡੇ ਹੋਏ ਆ, ਅਤੇ ਤੁਸੀਂ ਦੇਖ ਸਕਦੇ ਹੋ। ਅਤੇ ਜਿਹੜੀ ਸਲੀਵ ਦੀ ਕੰਡੀਸ਼ਨ ਹੈ ਜੀ ਉਹ ਠੀਕ ਪਈ ਆ, ਵੀ ਸਲੀਵ ਅਸੀਂ ਇਹਦੀ ਆਹੀ ਚਲਾ ਦਿਆਂਗੇ ਇਹਦੇ 'ਚ ਪਾਲਿਸ਼ ਮਾਰ ਕੇ ਜੀ, ਅਤੇ ਜਿਹੜੇ ਰਿੰਗ ਆ ਉਹ ਅਸੀਂ ਇਹਦੇ 'ਚ ਚੌੜੇ ਪਾ ਦਿਆਂਗੇ, ਅਤੇ ਜਿਹੜੇ ਪਿਸਟਨਾਂ ਨੂੰ ਕਰ ਦਿਆਂਗੇ ਮੋਡੀਫਾਈ, ਅਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਅਸੀਂ ਆਪਦੇ ਤਰੀਕੇ ਨਾਲ ਕਿਵੇਂ ਕਰਦੇ ਹਾਂ ਕੰਮ। ਹਾਂਜੀ, ਜਿਹੜੀ ਤੁਸੀਂ ਹਾਂਜੀ ਸਲੀਵ ਦੇ ਵਿੱਚ ਜਿਹੜਾ ਰਿੰਗਾਂ ਦਾ ਗੈਪ ਆ ਤੁਸੀਂ ਦੇਖ ਸਕਦੇ ਹੋ। ਹਾਂਜੀ, 4 ਨੰਬਰ ਸਲੀਵ ਦੇ ਵਿੱਚ ਜਿਹੜਾ ਤੁਸੀਂ ਰਿੰਗਾਂ ਦਾ ਗੈਪ ਆ ਦੇਖ ਸਕਦੇ ਹੋ। ਚਾਰ ਨੰਬਰ ਵਾਲੀ ਜਿਹੜੀ ਸਲੀਵ ਆ ਇਹਦੇ ਵਿੱਚ ਰਿੰਗਾਂ ਦਾ ਗੈਪ ਤੁਸੀਂ ਦੇਖ ਸਕਦੇ ਹੋ ਵੀ ਰਿੰਗਾਂ ਦਾ ਗੈਪ ਆ ਬਿਲਕੁਲ ਓਕੇ। ਹੁਣ ਅਸੀਂ ਇਹਦੀ ਕਰਾਂਗੇ ਫਿਟਿੰਗ, ਜਿਹੜੀ ਪਿਸਟਨਾਂ ਦੀਆਂ ਝਰੀਆਂ ਜੀ ਸਾਡੀਆਂ ਕੰਪਲੀਟ ਹੋ ਗਿਆ ਆਗਾ, ਤੁਸੀਂ ਦੇਖ ਸਕਦੇ ਹੋ ਅਸੀਂ ਇਹਦੇ 'ਚ ਕਰਤੇ ਜੀ ਮੋਟੇ ਰਿੰਗ। ਇਸ ਪ੍ਰਕਾਰ ਨਾਲ ਜਿਹੜੀਆਂ ਅਸੀਂ ਰਿੰਗਾਂ ਦੀਆਂ ਝਰੀਆਂ ਪਵਾ ਦਿੰਦੇ ਹਾਂ ਜੀ ਪਿਸਟਨਾਂ ਦੇ ਵਿੱਚ, ਅਤੇ ਰਿੰਗ ਆ ਜਿਹੜੇ ਮੋਟੇ ਹੋ ਜਾਂਦੇ ਆ, ਅਤੇ ਜਿਹੜੇ ਇਹਨੂੰ ਪ੍ਰੋਬਲਮ ਹੈ ਰਿੰਗਾਂ ਵਾਲੀ ਖਤਮ ਹੋ ਜਾਂਦੀ ਹੈ ਜੀ, ਜਿਹੜੀ ਤੁਸੀਂ ਆਪਣੀ ਝਰੀ ਆ ਜੀ ਚੈੱਕ ਕਰ ਸਕਦੇ ਹੋ ਬਿਲਕੁਲ ਵਿੱਚ ਪੂਰੀ ਪੂਰੀ ਝਰੀ ਵੱਜਦੀ ਹੈ ਜੀ, ਮਾਸਾ ਪਲੇ ਨਹੀਂ ਰਹਿੰਦੀ, ਜਿਹੜਾ ਗੈਪ ਆ ਵਿੱਚ ਬਿਲਕੁਲ ਸਹੀ ਹੈ ਜੀ, ਪੂਰੀ ਪੂਰੀ ਝਰੀ ਨੂੰ ਟੇਪਰ ਕਰਕੇ ਅਸੀਂ ਜਿਹੜੀਆਂ ਰਿੰਗਾਂ ਦੀਆਂ ਝਰੀਆਂ ਇਹਨਾਂ ਦੇ ਵਿੱਚ ਮਰਾ ਦਿੰਦੇ ਹਾਂ ਪਿਸਟਨਾਂ ਦੇ ਵਿੱਚ ਜੀ, ਅਤੇ ਜਿਹੜਾ ਆਇਲ ਵਾਲੇ ਰਿੰਗ ਹੈ ਜੀ ਇਹਨਾਂ ਵਿੱਚ ਵੀ ਅਸੀਂ ਤੁਸੀਂ ਦੇਖ ਸਕਦੇ ਹੋ ਗੈਲਰੀਆਂ ਬਣਾ ਕੇ ਆਇਲ ਰਿੰਗਾਂ ਦੇ ਵਿੱਚ ਵੀ ਇਹ ਜਿਹੜੀ ਬਲੋਕ ਖਤਮ ਹੋ ਜਾਂਦੀ ਹੈ, ਬੈਕ ਕੰਪਰੈਸ਼ਰ ਖਤਮ ਹੋ ਜਾਂਦਾ, ਇਸ ਤਰੀਕੇ ਨਾਲ ਅਸੀਂ ਕਰਦੇ ਹਾਂ ਜੀ ਕੰਮ, ਅਤੇ ਸਪੈਸ਼ਲ ਟੂਲ ਨਾਲ ਜਿਹੜੀਆਂ ਝਰੀਆਂ ਬਣਾਈਆਂ ਜਾਂਦੀਆਂ। ਇਹ ਜਾਣਕਾਰੀ ਦੇਣ ਦਾ ਮਤਲਬ ਤਾਂ ਵੀ ਹਰ ਇੱਕ ਥਾਂ 'ਤੇ ਅਸੀਂ ਨਹੀਂ ਪਹੁੰਚ ਸਕਦੇ, ਤਾਂ ਜੋ ਜਿਹੜੇ ਸਾਡੇ ਹੋਰ ਵੀ ਮਿਸਤਰੀ ਭਰਾ ਇਸ ਤਰੀਕੇ ਨਾਲ ਕੰਮ ਕਰਨ, ਅਤੇ ਇੰਜਨ ਦੀ ਜਿਹੜੀ ਸਹੀ ਲਾਈਫ ਬਣ ਜਾਂਦੀ ਹੈ ਜੀ, ਵਧੀਆ ਸੈਟਿੰਗ ਹੋ ਜਾਂਦੀ ਹੈ। ਅਤੇ ਹੁਣ ਅਸੀਂ ਇਹਦੀ ਕਰਾਂਗੇ ਫਿਟਿੰਗ, ਅਤੇ ਤੁਹਾਨੂੰ ਦਿਖਾਉਂਦੇ ਹਾਂ ਜੀ ਅਸੀਂ ਆਪਦੇ ਤਰੀਕੇ ਨਾਲ ਕਿਵੇਂ ਕਰਦੇ ਹਾਂ ਕੰਮ। ਆ ਜਾਓ ਜੀ। ਹਾਂਜੀ, ਆਹ ਜਿਹੜਾ ਰਿੰਗ ਹੁੰਦਾ ਇਹ ਪੁਰਾਣਾ ਜੀ, ਇਹ ਤੁਹਾਨੂੰ ਦਿਖਾਉਂਦੇ ਹਾਂ ਵੀ ਕਿੰਨਾ ਫਰਕ ਹੁੰਦਾ, ਕਿੰਨਾ ਚੌੜਾ ਰਿੰਗ ਹੋ ਜਾਂਦਾ ਇਹ ਜਿਹੜਾ ਆਪਾਂ ਵਿੱਚ ਪਾਉਂਦੇ ਹਾਂ। ਹਾਂਜੀ, ਆਹ ਜਿਹੜਾ ਟੌਪ ਰਿੰਗ ਹੁੰਦਾ ਆਹ ਜਿਹੜਾ ਰਿੰਗ ਆ ਜੀ ਬਿਲਕੁਲ ਸਹੀ ਹੈ, ਅਤੇ ਇਹ ਝਰੀ ਦੇ ਵਿੱਚ ਜਿਹੜੀ ਤੁਸੀਂ ਝਾਤੀ ਦੇਖੀ ਜਾਂਦੇ ਹੋ ਵੀ ਝਾਤੀ ਮਾਰਦੀ ਹੈ ਇਹ, ਆਹ
ਆਹ ਜਿਹੜੀ ਝਰੀ ਦੇ ਵਿੱਚ ਤੁਸੀਂ ਦੇਖੀ ਜਾਂਦੇ ਹੋ ਵੀ ਕਿੰਨਾ ਚੌੜਾ ਇਹ ਜਿਹੜਾ ਰਿੰਗ ਆ ਜੀ ਹੋ ਜਾਂਦਾ। ਆਹ ਜਿਹੜਾ ਪਹਿਲਾਂ ਵਾਲਾ ਰਿੰਗ ਆ ਜੀ ਪਤਲਾ, ਇਹ ਅਸੀਂ ਬਿਲਕੁਲ ਸਹੀ ਝਰੀ ਵਾਲਾ ਕੱਢਿਆ ਅਤੇ ਇੰਨੇ ਚੌੜੇ ਇਹ ਹੋ ਜਾਂਦੇ ਆ ਰਿੰਗ। ਆਹ ਟੋਪ ਰਿੰਗ ਆ ਜੀ, ਇਹ ਟੋਪ ਰਿੰਗ ਦਾ ਇੰਨਾ ਫਰਕ ਪੈ ਜਾਂਦਾ ਵੀ ਉਹ ਇਦੋਂ ਕਿੰਨਾ ਚੌੜਾ ਜੀ ਵੇਖ ਲਓ ਜਿਹੜਾ ਦੂਜਾ। ਆਹ ਵੇਖੋ ਵੀ ਤੁਸੀਂ ਇਹ ਵਿੱਚ ਪਲੇ ਦਿਖਾਉਂਦਾ, ਝਾਤੀ ਮਾਰਦਾ ਝਰੀ ਦੇ ਵਿੱਚ। ਅਤੇ ਆਹ ਜਿਹੜਾ ਜੀ ਆਪਣਾ ਚੌੜੇ ਵਾਲਾ ਰਿੰਗ ਆ ਜੀ, ਇਹ ਵੇਖੋ ਜੀ ਇਹਦੇ ਵਿੱਚ, ਇਹ ਦੇਖੋ ਜੀ ਮਾਸਾ ਪਲੇ ਨਹੀਂ, ਇਹ ਪੂਰਾ ਪੂਰਾ। ਅਤੇ ਆਹ ਜਿਹੜਾ ਜੀ ਓਇਲ ਰਿੰਗ ਹੈ ਇਹਦਾ ਅਤੇ ਇਹਦਾ ਜੀ ਤੁਸੀਂ ਫਰਕ ਦੇਖ ਸਕਦੇ ਹੋ ਵੀ ਕਿੰਨਾ ਫਰਕ ਹੈ ਜੀ। ਬਹੁਤ ਜ਼ਿਆਦਾ ਫਰਕ ਰਿੰਗਾਂ ਦਾ ਪੈ ਜਾਂਦਾ ਜੀ, ਆਹ ਕਿੰਨਾ ਪਤਲਾ ਆਹ ਕਿੰਨਾ ਮੋਟਾ। ਇੱਕ ਹੱਥ ਨਾਲ ਵੀਡੀਓ ਅਤੇ ਇੱਕ ਹੱਥ ਨਾਲ ਪਿਸਟਨ। ਲਓ ਜੀ ਜਿਹੜੀ ਪਿਸਟਨਾਂ ਦੀ ਫਿਟਿੰਗ ਆ ਉਹ ਹੋ ਚੁੱਕੀ ਹੈ, ਪਿਸਟਨਾਂ ਦੀ ਫਿਟਿੰਗ ਹੋ ਚੁੱਕੀ ਹੈ ਜੀ। ਅਤੇ ਹੁਣ ਅਸੀਂ ਕਸਾਂਗੇ ਦੇ ਕੈਪਾਂ ਵਾਲੇ ਨਟ। ਹਾਂਜੀ ਅਸੀਂ ਹੈੱਡ ਦੀ ਫਿਟਿੰਗ ਆ ਸਾਰੀ ਕਰਤੀ ਹੈ ਜੀ, ਤੁਸੀਂ ਦੇਖ ਸਕਦੇ ਹੋ ਜਿਹੜੇ ਹੈੱਡ ਦੀਆਂ ਵਾਲਾਂ ਦੀਆਂ ਸੀਟਾਂ ਬਿਲਕੁਲ ਓਕੇ ਆ ਜੀ, ਜਿਹੜਾ ਹੈੱਡ ਦਾ ਫੇਸ ਆ ਉਹ ਵੀ ਬਿਲਕੁਲ ਓਕੇ ਆ। ਈਜ਼ੀਆਰ ਵਾਲ ਕਰਤਾ ਕਲੀਨ, ਅਤੇ ਬਾਕੀ ਸਾਰਾ ਕੰਮ ਹੋ ਗਿਆ ਜੀ ਕੰਪਲੀਟ। ਟਰਬੋ ਵਗੈਰਾ ਬਿਲਕੁਲ ਚੈੱਕ ਕਰ ਲਿਆ ਜੀ, ਬਿਲਕੁਲ ਹੈਗਾ ਓਕੇ। ਹਾਂਜੀ ਹੁੰਡਾਈ ਦਾ ਹੈੱਡ ਗੈਸਕਟ ਪਾਵਾਂਗੇ ਜਮਾਂ ਜੈਨੂਅਨ, ਅਤੇ ਪਿਸਟਨਾਂ ਦੀ ਫਿਟਿੰਗ ਹੋ ਚੁੱਕੀ ਆ ਅਤੇ ਹੁਣ ਅਸੀਂ ਰੱਖਾਂਗੇ ਹੈੱਡ। ਹਾਂਜੀ ਹੁਣ ਹੈੱਡ ਦੀ ਕਰਾਂਗੇ ਫਿਟਿੰਗ, ਹੈੱਡ ਗੈਸਕਟ ਅਸੀਂ ਰੱਖਤਾ ਜੀ ਰੀਨਾ ਹੁੰਡਾਈ ਦਾ, ਅਤੇ ਹੈੱਡ ਦੀ ਕਰਾਂਗੇ ਫਿਟਿੰਗ। ਲੈ ਜੀ ਜੀ ਜਿਹੜੀ ਹੈੱਡ ਦੀ ਆ ਫਿਟਿੰਗ ਉੱਤੇ ਹੋ ਚੁੱਕੀ ਆ, ਅਤੇ ਹੁਣ ਅਸੀਂ ਕਸਾਂਗੇ ਹੈੱਡ ਵਾਲੇ ਨਟ, ਸਲੈਂਸਰ ਵਗੈਰਾ, ਥੱਲੜੀ ਟਰਬੋ ਵਾਲੀ ਜਿਹੜੀ ਮੇਨ ਵਾਪਸੀ ਹੈ ਜੀ ਉਹਦਾ ਜੈਨ ਚੰਗੀ ਤਰ੍ਹਾਂ ਕਰ ਲਿਆ ਚੈੱਕ, ਅਤੇ ਜਿਹੜੀਆਂ ਡੀਜ਼ਲ ਪਾਈਪਾਂ ਵੀ ਕੱਢ ਲਈਆਂ ਬਾਹਰ ਜੀ। ਹੁਣ ਅਸੀਂ ਪਾਵਾਂਗੇ ਹੈੱਡ ਵਾਲੇ ਨਟ ਅਤੇ ਕਰਾਂਗੇ ਹੈੱਡ ਵਾਲੇ ਨਟਾਂ ਦੀ ਕਸਾਈ। ਹੁਣ ਸੁੱਟਾਂਗੇ ਜੀ, ਹੁਣ ਪਾਵਾਂਗੇ ਹੈੱਡ ਵਾਲੇ ਨਟ ਅਤੇ ਕਰਾਂਗੇ ਹੈੱਡ ਵਾਲੇ ਨਟਾਂ ਦੀ ਕਸਾਈ। ਹੈੱਡ ਵਾਲੇ ਨਟਾਂ ਦੀ ਕਰਾ ਦਈਏ ਚੰਗੀ ਤਰ੍ਹਾਂ ਤਸੱਲੀ।
ਹੈਡ ਅਤੇ ਬਲਾਕ ਦਾ ਫੇਸ ਤੁਸੀਂ ਦੇਖ ਸਕਦੇ ਹੋ ਬਿਲਕੁਲ ਓਕੇ। ਅਤੇ ਗੈਸਕਟ ਪਾਇਆ ਸੀ ਇਹਦੇ ਵਿੱਚ ਸਟੈਂਡਰਡ ਸਾਈਜ ਹੁੰਡਾਈ ਦਾ। ਹਾਂਜੀ ਹੈੱਡ ਵਾਲੇ ਬੁਲਟਾਂ ਦੀ ਚੰਗੀ ਤਰ੍ਹਾਂ ਕਰਤੀ ਹੈ ਕਸਾਈ। ਫਿਟਿੰਗ ਸਾਰੀ ਹੋ ਗਈ ਹੈ ਜੀ ਹੈੱਡ ਦੀ। ਟਰਬੋ ਵਾਲੀਆਂ ਪਾਈਪਾਂ ਦਿੱਤੀਆਂ ਕਾਸ ਅਤੇ ਟਰਬੋ ਵਾਲੀਆਂ ਪਾਈਪਾਂ ਦੀ ਫਿਟਿੰਗ ਵੀ ਹੋ ਗਈ ਹੈ ਜੀ। ਥੱਲੜੀ ਵਾਪਸੀ ਵੀ ਕਸਤੀ ਹੈ ਮੇਨ ਅਤੇ ਵਾਪਸੀ। ਹਾਂਜੀ ਤੁਸੀਂ ਦੇਖ ਸਕਦੇ ਹੋ, ਹਾਂਜੀ ਤੁਸੀਂ ਦੇਖ ਸਕਦੇ ਹੋ ਵੀ ਇਹਦੀ ਹਰ ਇੱਕ ਚੀਜ਼ 'ਤੇ 19 ਮਾਡਲ ਲਿਖਿਆ ਹੋਇਆ ਵੀ ਜਿਹੜੇ ਜਿਹੜੇ ਪਾਰਟ ਹੈ ਇਹਦੇ, ਇਹ 19 ਮਾਡਲ ਦੇ ਆ ਜੀ। ਹਾਂਜੀ ਕੇਮਾਂ ਦੀ ਫਿਟਿੰਗ ਹੋ ਚੁੱਕੀ ਹੈ ਅਤੇ ਹੁਣ ਤੁਹਾਨੂੰ ਦੱਸਦੇ ਹਾਂ ਟੈਮਕ ਬਾਰੇ। ਆ ਜਿਹੜੀਆਂ ਗਰਾਰੀਆਂ ਦੀਆਂ ਨਿਸ਼ਾਨੀਆਂ ਤੁਸੀਂ ਦੇਖਦੀਆਂ ਉਵੇਂ ਹੀ ਚੈਨਾਂ 'ਤੇ ਨਿਸ਼ਾਨੀਆਂ ਹੁੰਦੀਆਂ ਜੀ। ਇਸ ਤਰੀਕੇ ਨਾਲ ਜਿਹੜੀ ਟੈਮਕ ਦੀ ਫਿਟਿੰਗ ਹੋ ਜਾਂਦੀ ਹੈ। ਹੁਣ ਕਸਾਂਗੇ ਜੀ ਓਇਲ ਪੰਪ ਅਤੇ ਕਰਾਂਗੇ ਫਿਟਿੰਗ। ਹਾਂਜੀ ਜਿਹੜੀ ਓਇਲ ਪੰਪ ਦੀ ਸੀਲਿੰਗ ਅਸੀਂ ਚੰਗੀ ਤਰ੍ਹਾਂ ਬਣਾਤੀ ਹੈ, ਤੁਸੀਂ ਦੇਖ ਸਕਦੇ ਹੋ ਜੀ। ਹਾਂਜੀ ਜਿਹੜੀ ਸੀਲਿੰਗ ਆ ਤੁਸੀਂ ਚੈੱਕ ਕਰ ਸਕਦੇ ਹੋ ਵੀ ਸੀਲਿੰਗ ਆ ਜਿਹੜੀ ਅਸੀਂ ਰੱਖੀ ਹੈ ਜੈਨੂਅਨ, ਟਾਪਿਆਂ ਦੀ ਸੀਲਿੰਗ ਆ ਜਿਹੜੀ ਜੈਨੂਅਨ ਰੱਖੀ ਹੈ। ਅਤੇ ਜਿਹੜਾ ਨਟ ਜਿੱਥੇ ਲੱਗਣਾ ਜਿਵੇਂ ਕੋਈ ਲੋਕ ਦੀ ਫਿਟਿੰਗ ਆ ਜੀ, ਸਾਰੀਆਂ ਚੀਜ਼ਾਂ ਧਿਆਨ ਨਾਲ ਖੋਲੀਆਂ ਜਿਵੇਂ ਸਾਡੇ ਜਿੱਥੇ ਲੋਕ ਲੱਗਣੇ ਆ ਅਸੀਂ ਧਿਆਨ ਨਾਲ ਸਾਰੀ ਫਿਟਿੰਗ ਆ ਜਿਹੜੀ ਜੈਨੂਅਨ ਹੀ ਕੀਤੀ ਹੈ। ਤੁਸੀਂ ਦੇਖ ਸਕਦੇ ਹੋ ਜਿਹੜੀ ਇੰਜਨ ਦੀ ਫਿਟਿੰਗ ਅਸੀਂ ਜੈਨੂਅਨ ਕੀਤੀ ਹੈ ਵੀ ਜਿਹਦੇ ਨਾਲ ਕੋਈ ਵੀ ਜੱਜਮੈਂਟ ਨਹੀਂ ਹੁੰਦੀ, ਇੰਜਨ ਖੁੱਲ੍ਹਿਆ ਜਾਂ ਕੋਈ ਵੀ ਇੰਜਨ ਦਾ ਕੰਮ ਕੀਤਾ। ਹਾਂਜੀ ਜਿਹੜੀ ਥੱਲੋਂ ਅਸੀਂ ਚੈਂਬਰ ਦੀ ਫਿਟਿੰਗ ਕਰਤੀ ਹੈ ਅਤੇ ਸੀਲਿੰਗ ਤੁਸੀਂ ਦੇਖ ਸਕਦੇ ਹੋ ਇਹ ਅਸੀਂ ਬਿਲਕੁਲ ਕਰਤੀ ਹੈ ਜੀ ਓਕੇ। ਕੋਈ ਜੱਜਮੈਂਟ ਨਹੀਂ ਆਉਂਦੀ ਵੀ ਖੁੱਲ੍ਹਿਆ ਜਾਂ ਸ਼ੀਲਡ ਦੇਖ ਲਓ ਜੀ ਤੁਸੀਂ। ਜਿਹੜੀ ਥੱਲੋਂ ਚੈਂਬਰ ਦੀ ਫਿਟਿੰਗ ਅਸੀਂ ਬਿਲਕੁਲ ਕਰਤੀ ਹੈ ਜੀ ਓਕੇ। ਹਾਂਜੀ ਇੰਜੈਕਟਰਾਂ ਦੀ ਫਿਟਿੰਗ ਆ ਜਿਹੜੀ ਹੋ ਚੁੱਕੀ ਹੈ ਅਤੇ ਪੁਲੀ ਵਾਲੇ ਨਾਟ ਦੀ ਕਰਾਈ ਜਾਂਦੀ ਤਸੱਲੀ। ਸਾਡਾ ਮੁੰਡਾ ਖਿੱਚੀ ਜਾਂਦਾ ਰੇਸ ਅਤੇ ਪਾਇਰ ਫੋਰਮੈਨ ਸਾਹਿਬ ਜੀ ਪੁਲੀ ਵਾਲੇ ਨਾਟ ਦੀ ਕਰਾ ਦਿੱਤੀ ਤਸੱਲੀ। ਅਤੇ ਹੁਣ ਅਸੀਂ ਮਾਰਾਂਗੇ ਸੈਲਫ ਅਤੇ ਕਢਾਵਾਂਗੇ ਏਅਰ। ਇੰਜੈਕਟਰਾਂ ਦੀ ਫਿਟਿੰਗ ਹੋ ਚੁੱਕੀ ਹੈ ਜੀ ਅਤੇ ਚੰਗੀ ਤਰ੍ਹਾਂ ਕਢਾਤੀ ਹੈ ਉਹਨਾਂ ਦੀ ਏਅਰ ਅਤੇ ਮਾਰਾਂਗੇ ਸੈਲਫ ਅਤੇ ਕਰਾਂਗੇ ਸਟਾਰਟ। ਮਾਰ ਛੋੜੇ ਵੀਰ ਸੈਲਫ। ਲਓ ਜੀ ਤੁਸੀਂ ਇੰਜਨ ਦਾ ਸਾਊਂਡ ਦੇਖ ਸਕਦੇ ਹੋ, ਲੋਕਾਂ ਦੀ ਫਿਟਿੰਗ ਸਾਰੀ ਫਿਟਿੰਗ ਹੋ ਚੁੱਕੀ ਹੈ ਜੀ ਕੰਪਲੀਟ। ਇੰਜਨ ਦਾ ਸਾਊਂਡ ਹੋ ਚੁੱਕਿਆ ਜੀ ਬਿਲਕੁਲ ਓਕੇ।
ਤੇ ਹੁਣ ਲਵਾਂਗੇ ਰਾਈਡ, ਤੇ ਰਾਈਡ ਲੈ ਕੇ ਤੁਹਾਨੂੰ ਦਿਖਾਉਣੇ ਆ ਬੈਕ ਕੰਪਰੈਸ਼ਰ ਤੇ ਗਰਮ ਹੋ ਕੇ ਸਟਾਰਟਿੰਗ ਕੀ ਕਰਦੀ ਹੈ ਜੀ। ਹੁਣ ਇਹਦੀ ਅਸੀਂ ਕਰਾਂਗੇ ਜੀ ਸਕੈਨਿੰਗ ਤੇ ਤੁਹਾਨੂੰ ਦੱਸਦੇ ਆ ਇੰਜੈਕਟਰ ਕੋਡਿੰਗ ਕਰਕੇ ਰਾਈਡ ਲੈ ਕੇ ਵੀ ਕੀ ਕਰਦੀ ਆ। ਉੱਨੀ ਮਾਡਲ ਹੈ ਜੀ ਇਹ। ਹਾਂਜੀ ਨੋ ਫਾਲਟ ਹੈ। ਵੇਖੀ ਇੰਜੈਕਟਰ ਕੋਡਿੰਗ, ਇੰਜੈਕਟਰਾਂ ਦੀ ਕੋਡ ਦੇਖ ਕੇ ਮੈਂ ਦੇਖੀ ਪਹਿਲੇ ਦਾ ਡਬਲ ਏ ਵਾਲਾ ਹਾਂਜੀ ਬਸ ਠੀਕ ਆ। ਦੂਜੇ ਦਾ 7H ਠੀਕ ਆ, ਤੀਜੇ ਦਾ ਤੇ ਚੌਥੇ ਦਾ ਠੀਕ ਆ। ਹਾਂਜੀ ਜਿਹੜੀ ਇੰਜੈਕਟਰ ਕੋਡਿੰਗ ਆ ਬਿਲਕੁਲ ਓਕੇ। ਹਾਂਜੀ ਅਸੀਂ ਲਵਾਂਗੇ ਰਾਈਡ ਤੇ ਤੁਹਾਨੂੰ ਦਿਖਾਉਣੇ ਆ ਵੀ ਕੀ ਕਰਦੀ ਆ ਤੇ ਕਿਵੇਂ ਬਣੀ ਆ ਪਿਕਅਪ। ਜਿਹੜੀ ਇਹ 19 ਮਾਡਲ ਹੈ ਜੀ, ਇਹਨਾਂ ਨੂੰ ਰਿੰਗਾਂ ਦੀ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਵੀ ਅਸੀਂ ਕਿਵੇਂ ਕਰਦੇ ਹਾਂ ਕੰਮ, ਜਿਹੜੀਆਂ ਪਿਸਟਨਾਂ ਦੀਆਂ ਝਰੀਆਂ ਉਹ ਕਿੱਦਾਂ ਕਰਦੇ ਹਾਂ ਅਤੇ ਕਿਵੇਂ ਪਾਉਣੇ ਆ ਰਿੰਗ। ਵੀਡੀਓ ਦੇ ਵਿੱਚ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਅਤੇ ਹੁਣ ਤੁਹਾਨੂੰ ਦਿਖਾਉਣੀ ਹੈ ਜੀ ਇਹਦੀ ਪਿਕਅਪ। ਪਿਕਅਪ ਇਹਦੀ ਬਹੁਤ ਵਧੀਆ ਜੀ, ਇੰਜਨ ਬਿਲਕੁਲ ਓਕੇ ਆ, ਇੰਜਨ ਦੀ ਆਵਾਜ਼ ਵੀ ਬਹੁਤ ਸਾਈਲੈਂਟ ਆ, ਉੱਦਾਂ ਦੀ ਕੋਈ ਪ੍ਰੋਬਲਮ ਨਹੀਂ, ਕੋਈ ਇੰਜਨ ਦੀ ਨੋਕਿੰਗ ਨਹੀਂ, ਕੋਈ ਇੰਜਨ ਦਾ ਸਾਊਂਡ ਨਹੀਂ ਵਧਿਆ, ਬਿਲਕੁਲ ਓਕੇ ਸਾਊਂਡ ਆ ਜੀ। ਜਿਹੜੀ ਇਹ 18-19 ਮਾਡਲ ਦੇ ਵਿੱਚ ਪ੍ਰੋਬਲਮ ਆਈ ਆ ਅਸੀਂ ਇਹਦਾ ਪੱਕਾ ਕਰਦੇ ਹਾਂ ਜੀ ਹੱਲ, ਅਤੇ ਗੱਡੀ ਦੇ ਇੰਜਨ ਦੀ ਲਾਈਫ ਜਾਂਦੀ ਆ ਵੱਧ ਅਤੇ ਗੱਡੀ ਹੋ ਜਾਂਦੀ ਆ ਓਕੇ। ਅਤੇ ਇੱਕ ਗੱਲ ਤੁਹਾਨੂੰ ਹੋਰ ਦੱਸਦੇ ਹਾਂ ਵੀ ਤੁਸੀਂ ਵੀ ਆਪਦੀ ਗੱਡੀ ਦੇ ਵਿੱਚ ਜੇ ਤੁਸੀਂ ਬੈਕ ਕੰਪਰੈਸ਼ਨ ਜਾਂ ਬਲੋ ਚੈੱਕ ਕਰਨੀ ਹੈ, ਕਈ ਵਾਰੀ ਕੀ ਹੁੰਦਾ ਵੀ ਜੇ ਆਪਾਂ ਗੱਡੀ ਮਤਲਬ ਡੀਲਰ ਤੋਂ ਲੈਂਦੇ ਹਾਂ ਤਾਂ ਉਹ ਡਿੱਪ ਵਗੈਰਾ ਇਹਦੀ ਲੰਮੀ ਕਰ ਦਿੰਦਾ, ਅਤੇ ਜਿਹੜੀ ਡਿੱਪ ਆਪਾਂ ਖੋਲ੍ਹ ਕੇ ਚੈੱਕ ਕਰਦੇ ਹਾਂ ਤਾਂ ਉਹਦੇ ਵਿੱਚੋਂ ਬਲੋ ਨਹੀਂ ਦੀਦੀ, ਕਿਉਂਕਿ ਜਦੋਂ ਡਿੱਪ ਨੂੰ ਥੱਲੇ ਵਧਾ ਦਿੰਦੇ ਆ ਤਾਂ ਉਹ ਚੈਂਬਰ ਦੇ ਆਇਲ ਵਿੱਚ ਡੁੱਬ ਜਾਂਦੀ ਆ ਅਤੇ ਜਿਹੜੀ ਉਹਦਾ ਬੈਕ ਕੰਪਰੈਸ਼ਰ ਆ ਨਹੀਂ ਦਿਖਾਉਂਦੀ ਉਹ। ਬੈਕ ਕੰਪਰੈਸ਼ਰ ਕਿਵੇਂ ਚੈੱਕ ਕਰਨਾ ਉਹ ਤੁਹਾਨੂੰ ਅਸੀਂ ਦਿਖਾਉਂਦੇ ਹਾਂ। ਜਿਹੜੀ ਤਾਂ ਗੱਡੀ ਨਾਲ ਛੇੜਛਾੜ ਨਹੀਂ ਹੋਈ ਹੁੰਦੀ ਉਹਦਾ ਡਿੱਪ ਥਾਣੀ ਦੀ ਵੀ ਬਲੋ ਮਾਰੂਗੀ, ਅਤੇ ਜਿਹੜੀ ਡੀਲਰ ਕੋਲੋਂ ਆਈ ਆ ਜਾਂ ਮਤਲਬ ਆਪਾਂ ਸੈਕਿੰਡ ਹੈਂਡ ਗੱਡੀ ਲੈਂਦੇ ਹਾਂ ਉਹਦੀ ਬਲੋ ਬੰਦ ਕੀਤੀ ਹੁੰਦੀ ਹੈ ਜੀ, ਉਹਦੀ ਬਲੋ ਚੈੱਕ ਕਰਨ ਵਾਸਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਸ ਤਰੀਕੇ ਨਾਲ ਤੁਸੀਂ ਉਹਦੀ ਬਲੋ ਚੈੱਕ ਕਰ ਸਕਦੇ ਹੋ। ਜੇ ਤੁਸੀਂ ਡਿੱਪ ਦੇ ਵਿੱਚੋਂ ਬਲੋ ਨਹੀਂ ਮਾਰਦੀ ਤਾਂ ਤੁਹਾਨੂੂੰ ਦੂਜਾ ਤਰੀਕਾ ਦੱਸਦੇ ਹਾਂ ਵੀ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ। ਅਸੀਂ ਹੁਣ ਤੁਹਾਨੂੰ ਰੋਕ ਕੇ ਨਾਲੇ ਇੰਜਨ ਦਾ ਸਾਊਂਡ ਦਿਖਾਉਂਦੇ ਹਾਂ ਅਤੇ ਨਾਲੇ ਤੁਹਾਨੂੰ ਦੱਸਦੇ ਹਾਂ ਵੀ ਉਹ ਕਿਹੜਾ ਤਰੀਕਾ ਜਿਹਦੇ ਨਾਲ ਅਸੀਂ ਬਲੋ ਚੈੱਕ ਕਰ ਸਕਦੇ ਹਾਂ। ਹਾਂਜੀ ਜਿਹੜਾ ਤੁਸੀਂ ਇੰਜਨ ਦਾ ਸਾਊਂਡ ਚੈੱਕ ਕਰ ਸਕਦੇ ਹੋ ਵੀ ਬਿਲਕੁਲ ਪੈਟਰੋਲ ਦੀ ਤਰ੍ਹਾਂ ਸਾਈਲੈਂਟ ਆਵਾਜ਼ ਆ ਅਤੇ ਕੋਈ ਸਾਊਂਡ ਨਹੀਂ ਇੰਜਨ ਦਾ, ਤੁਸੀਂ ਦੇਖ ਸਕਦੇ ਹੋ। ਅਤੇ ਗੱਡੀ ਹੈ ਜੀ ਇਹ ਪੂਰੀ ਤਰ੍ਹਾਂ ਗਰਮ, ਗੱਡੀ ਦਾ ਜਿਹੜਾ ਇੰਜਨ ਆ ਪੂਰੀ ਤਰ੍ਹਾਂ ਗਰਮ ਹੈ, ਜਿੰਨੇ ਟੈਂਪਰੇਚਰ 'ਤੇ ਰਹਿਣਾ ਚਾਹੀਦਾ ਤੁਹਾਨੂੰ ਦਿਖਾਉਂਦੇ ਵੀ ਬੈਕ ਕੰਪਰੈਸ਼ਰ ਦਿਖਾਉਂਦੀ ਹੈ ਜਾਂ ਨਹੀਂ। ਲਓ ਜੀ ਅਸੀਂ ਡਿੱਪ ਖੋਲ੍ਹਦੇ ਹਾਂ ਤਾਂ ਕੋਈ ਬਲੋ ਨਹੀਂ, ਕੋਈ ਛਿੱਟਾ ਨਹੀਂ।
ਠੀਕ ਆ ਜੀ। ਅਤੇ ਇੱਧਰੋਂ ਹੋ ਗਈ ਓਕੇ, ਗੱਡੀ ਦਾ ਇੰਜਣ ਵੀ ਸਾਊਂਡ ਵੀ ਬਿਲਕੁਲ ਓਕੇ ਆ, ਅਤੇ ਕੋਈ ਜੱਜਮੈਂਟ ਵੀ ਨਹੀਂ ਵੀ ਗੱਡੀ ਦਾ ਇੰਜਣ ਖੁੱਲ੍ਹਿਆ ਜਾਂ ਸੀਲਡ ਆ, ਤੁਹਾਨੂੰ ਜੱਜਮੈਂਟ ਨਹੀਂ ਆਉਣੀ। ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਗੱਡੀ ਦਾ ਇੰਜਣ ਓਕੇ ਆ, ਕਿਸੇ ਤਰ੍ਹਾਂ ਖੁੱਲ੍ਹਿਆ ਨਹੀਂ। ਅਤੇ ਜਿਹੜਾ ਤੁਹਾਨੂੰ ਉਹ ਤਰੀਕਾ ਦੱਸਦੇ ਹਾਂ ਜੀ, ਜਿਹੜਾ ਵੀ ਤੁਸੀਂ ਬਲੋ ਕਿਵੇਂ ਚੈੱਕ ਕਰ ਸਕਦੇ ਹੋ ਆਪਦੀ ਗੱਡੀ ਦੀ, ਤੁਸੀਂ ਜੀ ਆਹ ਢੱਕਣ ਜਿਹੜਾ ਆਪਾਂ ਖੋਲ੍ਹਦੇ ਹਾਂ, ਆਹ ਜਿਹੜਾ ਢੱਕਣ ਖੋਲ੍ਹਦੇ ਹਾਂ, ਅਤੇ ਇਹਨੂੰ ਆਪਾਂ ਇਸ ਤਰ੍ਹਾਂ ਉੱਤੇ ਰੱਖ ਦਿਆਂਗੇ। ਆਹ ਢੱਕਣ ਨੂੰ ਖੋਲ੍ਹ ਕੇ ਤੁਸੀਂ ਇਸ ਤਰ੍ਹਾਂ ਉੱਤੇ ਰੱਖ ਸਕਦੇ ਹੋ। ਜੇ ਤਾਂ ਇਹ ਬਲੋ ਜ਼ਿਆਦਾ ਹੋਈ ਤਾਂ ਇਹ ਬੁੜਕਣ ਲੱਗ ਜੂਗਾ, ਅਤੇ ਜੇ ਬਲੋ ਨਹੀਂ ਤਾਂ ਇਹ ਬਿਲਕੁਲ ਉੱਦਾਂ ਹੀ ਪਿਆ ਰਹੂਗਾ ਜਿਵੇਂ ਤੁਸੀਂ ਉੱਤੇ ਰੱਖ ਦਿਓਗੇ। ਧੰਨਵਾਦ ਜੀ। ਹਾਂਜੀ, ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ, ਸ਼ੇਅਰ, ਲਾਈਕ ਅਤੇ ਕਮੈਂਟ ਕਰਕੇ ਦੱਸਿਓ ਕਿੰਨਾ ਦੀ ਗੱਡੀ ਕਿੰਨੀ ਕੁ ਬਲੋ ਮਾਰਦੀ ਹੈ, ਅਤੇ ਅਸੀਂ ਕਰਾਂਗੇ ਹੱਲ। ਜ਼ਿਲ੍ਹਾ ਫਰੀਦਕੋਟ, ਪਿੰਡ ਸਾਦਿਕ,